जे कोठा अंदरा मोटर अंदरा उन्होंने स्टार्टर बार कट देंगे कल बोर खराब होंगे मोटर खराब होंगी फिर तुम कि ठीक करेंगे कॉन्क्रीट ला के यही तो रोना भीर जी यही तो रोना जी। हाँ जी ये जगह दी गदावरियां बकायदा नंबर सारा कुछ साढ़े दो भरावां दे नाम आ जी। नहीं असी तो थोड़ा पक्ष जानना है जी कागज पत्र तो उन्होंने लेके आने ने असी तो थो तो पूछना भी की गल है जी तुसी वाकई धक्का कर रहे हो जी। मैनू लगता साडे नाल धक्का हो रहा है। फिर जी असी ने उस तो बाद असी उन्होंने काफ़ी मिन्नत की जी पर उन्होंने साड़ी एक नहीं मनी जी सानू धमकियां दित्तियां थोनू हवा च डा देंगे जी। देखा जाए जे किसान ने कल झोना लाना जी इन्होंने बोर का मूह है बाहर कढ दिता ते कालू कोई मोटर च नुक्स पैंदा है कित्थों मोटर कढ़णगे इह किद्दां करनगे ता किसान दी सारी जिंदगी आ जिहड़ी कमाई आ जिहड़ी सारी इह तां हुण ओही दस सकदे ना जिहड़ी दूजी धिर है ओह इहनां दी आपस दे विच गल्लबात होई होई आ बह के जी मेरे नाल इहदा कोई लगदा नहीं मेरी गल्लबात कहि जा रहा धक्का हो रहा है बोर अंदरा खूह दा तौड़ आ जिहड़ा ओहदी जगह भी रोकी जा रही है कोठा अंदरा ते इक पाइप कढ दित्ता गया इधर बोर तों ਤੇ ਕਿਹਾ ਜਾ ਰਿਹਾ ਮੋਟਰ ਚਲਾ ਲਓ ਨਹੀਂ ਰੋਕਾਂਗੇ ਪਰ ਕੱਲ ਨੂੰ ਕੋਈ ਦਿੱਕਤ ਆਉਂਦੀ ਆ ਅੰਦਰ ਜਾਣ ਤੋਂ ਵੀ ਰੋਕ ਸਕਦੇ ਨੇ ਕੰਕਰੀਟ ਲਗਾ ਕੇ ਜਿਹੜੀਆਂ ਦੀਵਾਰਾਂ ਨੇ ਉਹ ਕਰ ਦਿੱਤੀਆਂ ਗਈਆਂ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਅੱਜ ਅਸੀਂ ਜ਼ਿਲ੍ਹਾ ਫਤਿਹਗੜ੍ਹ ਦੇ ਪਿੰਡ ਨਲੀਨਾ ਵਿਖੇ ਪਹੁੰਚੇ ਹਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿਹਾ ਜਾ ਰਿਹਾ ਇਹ ਕਿਸਾਨੀ ਆ ਜਿਹੜੀ ਦੇਸ਼ ਦਾ ਢਿੱਡ ਭਰਦੀ ਆ ਦੇਸ਼ ਨੂੰ ਤਰੱਕੀ ਦੀਆਂ ਰਾਹਾਂ 'ਤੇ ਲੈ ਕੇ ਜਾਂਦੀ ਆ ਪਰ ਇੱਥੇ ਇੱਕ ਕਿਸਾਨ ਨਾਲ ਕਿਹਾ ਜਾ ਰਿਹਾ ਧੱਕਾ ਹੋ ਰਿਹਾ ਕਿਸਾਨ ਵੱਲੋਂ ਕਿਹਾ ਜਾ ਰਿਹਾ ਇਹ ਕਿ ਸਾਡੇ ਨਾਲ ਧੱਕਾ ਹੋ ਰਿਹਾ ਏ ਸਾਂਝੇ ਪਰਿਵਾਰਾਂ ਦੀ ਸਾਂਝੀ ਜ਼ਮੀਨ ਸੀਗੀ ਇੱਕ ਪਰਿਵਾਰ ਨੇ ਆਪਣੀ ਜ਼ਮੀਨ ਵੇਚ ਦਿੱਤੀ ਆ ਪਰ ਖੇਵਟ ਇਕੱਠੀ ਸੀਗੀ ਕੋਈ ਤਕਸੀਮ ਨਹੀਂ ਹੋਈ ਜਗ੍ਹਾ ਇੱਕ ਜਗ੍ਹਾ ਬੋਲਦੀ ਸੀਗੀ ਮੋਟਰ ਸੀਗੀ ਜਿਹੜੀ ਉਹ ਵੀ ਸਾਂਝੀ ਸੀ ਪਰ ਜਿਨ੍ਹਾਂ ਵੱਲੋਂ ਜਗ੍ਹਾ ਖਰੀਦੀ ਗਈ ਆ ਉਹਨਾਂ ਨੇ ਜਦੋਂ ਚਾਰ ਦੀਵਾਰੀ ਕੀਤੀ ਆ ਤਾਂ ਇੱਥੇ ਪਰਿਵਾਰ ਨੇ ਰੋਕਿਆ ਵੀ ਇਹ ਸਾਡੀ ਮੋਟਰ ਆ ਜਿਹੜੀ ਸਾਂਝੀ ਆ ਖੂਹ ਦਾ ਤੌੜਾ ਪੁਰਾਣੇ ਜਿਹੜੇ ਖੂਹ ਹੁੰਦੇ ਸੀ ਵੀ ਇਹਨੂੰ ਤੁਸੀਂ ਛੱਡ ਕੇ ਆਪਣੀ ਜਗ੍ਹਾ 'ਚ ਕੰਧ ਕਰੋ ਇਹ ਜਗ੍ਹਾ ਛੱਡ ਦਿਓ ਖੂਹ ਦਾ ਤੌੜਾ ਇਹ ਮੋਟਰ ਆ ਇੱਥੇ ਅਸੀਂ ਵੀ ਪਾਣੀ ਲੈਣਾ ਪਰ ਉਸ ਸਮੇਂ ਰੁਕ ਜਾਂਦੇ ਨੇ ਅਤੇ ਚਾਦਰਾਂ ਨਾਲ ਤੁਸੀਂ ਦੇਖ ਰਹੇ ਹੋ ਚਾਦਰਾਂ ਲੱਗੀਆਂ ਵੀ ਨੇ ਇੱਥੇ ਲੋਹੇ ਦੀਆਂ ਚਾਦਰਾਂ ਲਗਾ ਕੇ ਜਿਹੜਾ ਉਹਨੂੰ ਕਵਰ ਕੀਤਾ ਜਾਂਦਾ ਏ ਪੁਲਿਸ ਪ੍ਰਸ਼ਾਸਨ ਕੋਲ ਵੀ ਪਰਿਵਾਰ ਪਹੁੰਚਦਾ ਏ ਪਰ ਪ੍ਰਸ਼ਾਸਨ ਵੀ ਕੋਈ ਸੁਣਵਾਈ ਨਹੀਂ ਕਰਦਾ ਕਹਿੰਦੇ ਨੇ ਜੀ ਰਸੂਕਦਾਰ ਨੇ ਪੈਸੇ ਵਾਲੇ ਬੰਦੇ ਨੇ ਜਿਹੜਾ ਵੀ ਬੰਦਾ ਜਾਂਦਾ ਉਹਨੂੰ ਖਰੀਦ ਲੈਂਦੇ ਨੇ ਜਾਂ ਕੋਈ ਵੀ ਪ੍ਰੈਸ਼ਰ ਪਾਉਂਦੇ ਨੇ ਉਹ ਕੋਈ ਸਾਡਾ ਸਾਥ ਨਹੀਂ ਦੇ ਰਿਹਾ ਮੋਟਰ ਅੰਦਰ ਰਹਿ ਗਈ ਆ ਮੋਟਰ ਦਾ ਕੋਠਾ ਏ ਜਿਹੜਾ ਉਹ ਅੰਦਰ ਆ ਚਾਰ ਦੀਵਾਰੀ ਕਰ ਲਈ ਗਈ ਆ ਇੱਕ ਨਾਲ ਇੱਧਰ ਕੱਢ ਦਿੱਤੀ ਗਈ ਆ ਬੋਰ ਆ ਜਿਹੜਾ ਉਹ ਵੀ ਅੰਦਰ ਆ ਉੱਥੋਂ ਇੱਕ ਨਾਲ ਕੱਢ ਦਿੱਤੀ ਗਈ ਆ ਕੰਕਰੀਟ ਪਾ ਕੇ ਚਾਦਰਾਂ ਦੇ ਵਿਚਕਾਰ ਕੰਕਰੀਟ ਪਾ ਕੇ ਪੂਰੀ ਤਰ੍ਹਾਂ ਭਰ ਦਿੱਤੀਆਂ ਗਈਆਂ ਨੇ ਦੀਵਾਰਾਂ ਪੱਕੀਆਂ ਕਰ ਦਿੱਤੀਆਂ ਗਈਆਂ ਨੇ ਕਿ ਤੋੜੀਆਂ ਨਾ ਜਾ ਸਕਣ ਇੱਦਾਂ ਦਾ ਸਿਸਟਮ ਆ ਜਿਹੜਾ ਕੀਤਾ ਗਿਆ ਪੂਰਾ ਪਰਿਵਾਰ ਆ ਜਿਹੜਾ ਇੱਥੇ ਖੜ੍ਹਾ ਪੂਰਾ ਪਿੰਡ ਆ ਪੰਚਾਇਤ ਆ ਪਿੰਡ ਦੀ ਉਹ ਖੜ੍ਹੀ ਆ ਗੱਲ ਕਰਦੇ ਹਾਂ ਕੀ ਮਸਲਾ ਇਹ ਸਾਰਾ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਆ ਜਾਓ ਵੀਰ ਜੀ ਇੱਥੇ ਆ ਜਾਓ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ ਕੀ ਨਾਮ ਹੈ ਜੀ ਵੀਰ ਜੀ ਮੇਰਾ ਨਾਮ ਅਵਤਾਰ ਸਿੰਘ ਹੈ ਜੀ ਮੈਂ ਪਿੰਡ ਨਲੀਨਾ ਕਲਾਂ ਦੇ ਰਹਿਣ ਵਾਲਾ ਜੀ ਅਤੇ ਸਾਡੇ ਦੂਜੇ ਭਤੀਜੇ ਵੇਚ ਕੇ ਜ਼ਮੀਨ ਇੱਥੇ ਦੀਦਾਰ ਸਿੰਘ ਅਤੇ ਦਵਿੰਦਰ ਸਿੰਘ ਜੀ ਅਤੇ ਉਹਦੀ ਮੰਮੀ ਸੁਖਜਿੰਦਰ ਕੌਰ ਜੀ ਅਤੇ ਇਹਨਾਂ ਨੇ ਖਰੀਦ ਲਈ ਅਤੇ ਕ੍ਰਿਸ਼ਨ ਕੁਮਾਰ ਸੂਦ ਅਤੇ ਇੱਕ ਅਮਨਾਥ ਚੰਦ ਅਤੇ ਇੱਕ ਵਾਸੀ ਪਿੰਡ ਭਾਰਸੂ ਨੇ ਅਤੇ ਇਹਨਾਂ ਨੇ ਆਪਣੇ ਨਾਲ ਧੱਕੇ ਅਤੇ ਇੱਥੇ ਆਪਣੇ ਤੌੜ ਦੇ ਉੱਤੇ ਕਬਜ਼ਾ ਕੀਤਾ ਜੀ ਮੋਟਰ ਵੀ ਅੰਦਰ ਆ ਜੀ ਤੁਹਾਡੀ ਹਾਂਜੀ ਮੋਟਰ ਵੀ ਅੰਦਰ ਹੈਗੀ ਜੀ ਚਬੱਚਾ ਚਬੂਚਾ ਸਾਰਾ ਇਹਨਾਂ ਸਟਾਰਟਰ ਸਟੂਟਰ ਆਪਣੀ ਮਰਜ਼ੀ 'ਤੇ ਕੱਢ ਕੇ ਸਾਰੇ ਬਾਹਰ ਲਾਤੇ ਜੀ ਨਾਲ ਬਾਹਰ ਕੱਢਤੀ ਇਹਨਾਂ ਨੇ ਆਪਾਂ ਨੂੰ ਲਾਉਣ ਵਾਸਤੇ ਜੀ ਚਲਾਉਣ ਵਾਸਤੇ ਕਹਿੰਦੇ ਅਸੀਂ ਰੋਕਦੇ ਨਹੀਂ ਅਤੇ ਪਰ ਜਿਹੜਾ ਜਿਹੜੀ ਆਪਣਾ ਤੌੜ ਸੀਗਾ ਅੰਦਰ ਚਬੱਚਾ ਚਬੂਚਾ ਕੋਠਾ ਸਾਰਾ ਅੰਦਰ ਜਗ੍ਹਾ ਸੀਗੀ ਜੀ ਤੁਹਾਡੇ ਹਿੱਸੇ 'ਚ ਤੌੜ ਦੀ ਆਪਣੇ ਹਿੱਸੇ ਜਿਹੜੀ 10 ਮਰਲੇ ਦਾ ਤੌੜ ਸੀਗਾ ਜੀ ਪੰਜ ਆਪਾਂ ਨੂੰ ਦੋ ਭਰਾ ਅਸੀਂ ਆਉਂਦਾ ਸੀਗਾ ਜੀ ਹਾਂਜੀ ਆਪਾਂ ਪੰਜ ਮਰਲੇ ਤੁਹਾਨੂੰ ਹਾਂਜੀ ਹਾਂਜੀ ਪੰਜ ਮਰਲੇ ਆਉਂਦਾ ਸੀਗਾ ਜੀ ਆਪਾਂ ਨੂੰ ਮੁਲੇਪੁਰ ਵੀ ਗਏ ਸਾਰੇ ਕਿਤੇ ਗਏ ਸੁਣਵਾਈ ਹੋਣੀ ਜੀ ਹੁੰਦੀ ਆਪਣੀ ਨਾ ਸੁਣਵਾਈ ਨਹੀਂ ਜੀ ਹੋਈ ਆਪਾਂ ਫਤਿਹਗੜ੍ਹ ਐਪਲੀਕੇਸ਼ਨ ਵੀ ਦਿੱਤੀ ਸੀ ਸਰਕਾਰ ਆਮ ਆਦਮੀ ਪਾਰਟੀ ਦੀ ਜੀ ਕਹਿੰਦੇ ਆਮ ਲੋਕਾਂ ਦੀ ਸੁਣਵਾਈ ਹੁੰਦੀ ਆ ਇੱਥੇ ਤੁਸੀਂ ਕਹਿੰਦੇ ਹੋ ਕਿ ਜਿਹੜੇ ਰਸੂਕਦਾਰ ਨੇ ਉਹ ਧੱਕਾ ਕਰ ਰਹੇ ਨੇ ਕਰ ਰਹੇ ਨੇ ਜਿੱਥੇ ਵੀ ਜਾਂਦੇ ਨੇ ਜੀ ਆਪਾਂ ਜਿਹਨੂੰ ਭੇਜਦੇ ਹਾਂ ਉਸ ਨੂੰ ਕਹਿੰਦੇ ਨੇ ਪਤਾ ਨਹੀਂ ਕਿਹੜੀਆਂ ਗੋਲੀਆਂ ਦਿੰਦੇ ਨੇ ਪੁੜੀਆਂ ਨੇ ਖਾਣੀਆਂ ਇਹਨਾਂ ਕੋਲ ਮਿੱਠੀਆਂ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੇ ਆਪਾਂ ਪ੍ਰਸ਼ਾਸਨ ਕਰਦੇ ਹਾਂ ਵੀ ਸਾਡਾ ਤੌੜ ਤੇ ਛੱਡਿਆ ਜਾਵੇ ਅੰਦਰ ਕੋਠਾ ਕੋਠਾ ਜਿਹੜਾ ਚਬੱਚਾ ਖਾਲ ਆਪਣੀ ਛੱਡੀ ਜਾਵੇ ਜੀ ਪੁਲਿਸ ਪ੍ਰਸ਼ਾਸਨ ਕੀ ਕਹਿ ਰਿਹਾ ਹੈ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰਦਾ ਜੀ
ਆਪਾਂ ਦੇਖ ਆਇਆ ਸੀਗਾ ਜੀ ਕੱਲ ਅਸੀਂ ਪਰਸੋਂ ਮੌਕਾ ਦੇਖਣ ਜੀ ਮੌਕਾ ਦੇਖ ਕੇ ਗਿਆ ਜੀ ਉਹ ਕਹਿੰਦੇ ਜੀ ਮੈਨੂੰ ਤਾਂ ਅੰਦਰ ਦਿਖਦਾ ਹੀ ਨਹੀਂ ਤੌੜ ਹੁਣ ਤੌੜ ਪਤਾ ਨਹੀਂ ਕਿਹਾ ਜਿਹਾ ਹੁੰਦਾ ਜਿਹੜਾ ਉਹਨਾਂ ਨੂੰ ਦਿਖਿਆ ਨਹੀਂ ਅੰਦਰ ਕੋਠਾ 'ਚ ਬੱਚਾ ਨਾ ਮੋਟਰ ਉਹਨਾਂ ਨੂੰ ਕੁਛ ਵੀ ਨਹੀਂ ਦਿਖੀ ਕਾਗਜ਼ਾਂ 'ਚੋਂ ਹੈਗਾ ਜੀ ਤੌੜ ਹਾਂਜੀ ਹੈਗਾ ਜੀ ਵੀਰ ਜੀ ਜੀ ਭੈਣ ਨੇ ਸਾਡੇ ਨਾਲ ਹਾਂਜੀ ਭੈਣ ਜੀ ਇੱਥੇ ਆ ਜਾਓ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਕੀ ਨਾਮ ਹੈ ਜੀ ਸੁਖਪਾਲ ਕੌਰ ਜੀ ਕੀ ਮਸਲਾ ਜੀ ਸਾਰਾ ਸਮਝਾਓ ਕਿੱਦਾਂ ਇਹ ਸਿਸਟਮ ਆ ਜਿਹੜਾ ਹੋਇਆ ਕਿਉਂਕਿ ਕਿਹਾ ਜਾ ਰਿਹਾ ਤੁਹਾਡੇ ਵੱਲੋਂ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ ਕਿੱਦਾਂ ਹੋ ਰਿਹਾ ਧੱਕਾ ਇੱਥੇ ਆ ਜਾਓ ਤੁਸੀਂ ਇਹ ਜਗ੍ਹਾ ਤੇ ਆ ਜਾਓ ਉਧਰੋਂ ਲਾਈਟ ਸਹੀ ਨਹੀਂ ਪੈ ਰਹੀ ਹਾਂਜੀ ਵੀਰ ਜੀ ਜਦੇ ਹੋਰੇ ਪਿੱਛੇ ਕੰਧ ਕਰ ਰਹੇ ਸੀਗੇ ਅਸੀਂ ਨੇ ਕਿਹਾ ਵੀ ਸਾਡੀ ਜਗ੍ਹਾ ਕਿਹਨੇ ਵੇਚੀ ਜੀ ਪਹਿਲਾਂ ਸਾਰਾ ਸਿਸਟਮ ਸਮਝਾਓ ਤੁਹਾਡੀ ਖੇਪਟ ਸਾਂਝੀ ਸੀਗੀ ਕੀ ਸੀਗਾ ਸਿਸਟਮ ਹਾਂਜੀ ਇਹ ਸਾਡੀ ਖੇਪਟ ਸਾਂਝੀ ਸੀਗੀ ਜੀ ਇਹ ਦਿਦਾਰ ਸਿੰਘ ਸੁਖਜਿੰਦਰ ਕੌਰ ਦਵਿੰਦਰ ਸਿੰਘ ਦਿਦਾਰ ਸਿੰਘ ਨੇ ਵੇਚੀ ਆ ਜੀ ਹਾਂਜੀ ਤੇ ਸਾਡੇ ਨਾਲ ਸਾਰੀ ਖੇਪਟ ਸਾਂਝੀ ਆ ਜੀ ਤੇ ਇਹਦੇ ਵਿੱਚ 10 ਮਰਲੇ ਦਾ ਤੌੜ ਆ ਜੀ ਇਹਦੇ ਵਿੱਚ ਸਾਡਾ ਹਿੱਸਾ ਜੀ ਸਾਂਝਾ ਕੋਠਾ ਖੇਪਟ ਸਾਂਝੀ ਆ ਇੱਥੇ ਜਿਹੜਾ ਨੇ ਵੇਚੀ ਆ ਉਹਨਾਂ ਦਾ ਕਬਜ਼ਾ ਇਹ ਜਗ੍ਹਾ ਤੇ ਸੀਗਾ ਨਹੀਂ ਜੀ ਇਹ ਜਗ੍ਹਾ ਤੇ ਕਬਜ਼ਾ ਸਾਡਾ ਸੀਗਾ ਜੀ ਹਾਂਜੀ ਇਹ ਜਗ੍ਹਾ ਦੀਆਂ ਗਦਾਵਰੀਆਂ ਬਕਾਇਦਾ ਨੰਬਰ ਸਾਰਾ ਕੁਝ ਸਾਡੇ ਦੋਵੇਂ ਭਰਾਵਾਂ ਦੇ ਨਾਮ ਆ ਜੀ ਨਹੀਂ ਫਿਰ ਤੁਸੀਂ ਉਦੋਂ ਕਿਉਂ ਨਹੀਂ ਰੋਕਿਆ ਕਿ ਅਸੀਂ ਸਰ ਰੋਕਿਆ ਸੀ ਸਾਡੇ ਕੋਲ ਮੌਕੇ ਦੀਆਂ ਫੋਟੋਆਂ ਹੈਗੀਆਂ ਨੇ ਅਸੀਂ ਰੋਕਿਆ ਸੀਗਾ ਤੇ ਸਾਨੂੰ ਅਸੀਂ ਨੇ ਉਹਨਾਂ ਨੇ ਬਲਕਿ ਸਾਡੇ ਬਰ ਖਿਲਾਫ ਥਾਣੇ ਵਿੱਚ ਸਾਨੂੰ ਬੁਲਾਇਆ ਜੀ ਤੇ ਉਹਨਾਂ ਨੇ ਕਿਹਾ ਉੱਥੇ ਇਹ ਦੋਵੇਂ ਭਰਾ ਚਲੇ ਗਏ ਤੇ ਕੁਝ ਪਿੰਡ ਦੇ 5-4 ਬੰਦਿਆਂ ਨੂੰ ਲੈ ਕੇ ਤੇ ਉਹਨਾਂ ਨੇ ਕਿਹਾ ਵੀ ਧੱਕੇ ਨਾਲ ਸਾਡੇ ਨਾਲ ਸਮਝੌਤਾ ਕਰੋ ਸਾਈਨ ਕਰੋ ਤੇ ਇਹਨਾਂ ਨੇ ਸਾਈਨ ਕੀਤੇ ਨਹੀਂ ਇਹ ਘਰੇ ਵਾਪਸ ਆ ਗਏ ਜਾਂ ਸਾਨੂੰ ਮਨਜ਼ੂਰ ਹੀ ਨਹੀਂ ਸੀਗਾ ਤੇ ਉਹ ਤੋਂ ਬਾਅਦ ਦੇ ਵਿੱਚ ਫਿਰ ਉਹਨਾਂ ਨੇ ਇਹ ਰਾਤ ਨੂੰ ਲਾ ਕੇ ਟੀਨਾਂ ਦੀ ਕੰਧ ਕਰਤੀ ਜੀ ਹੁਣ ਪ੍ਰਸ਼ਾਸਨ ਕੀ ਕਹਿ ਰਿਹਾ ਜੀ ਫਿਰ ਜੀ ਅਸੀਂ ਨੇ ਉਹ ਤੋਂ ਬਾਅਦ ਅਸੀਂ ਉਹਨਾਂ ਨੇ ਕਾਫੀ ਮਿੰਤਾਂ ਕੀਤੀਆਂ ਜੀ ਪਰ ਉਹਨਾਂ ਨੇ ਸਾਡੀ ਇੱਕ ਨਹੀਂ ਮੰਨੀ ਜੀ ਸਾਨੂੰ ਧਮਕੀਆਂ ਦਿੱਤੀਆਂ ਤੁਹਾਨੂੰ ਹਵਾ 'ਚ ਡਾ ਦਾਂਗੇ ਜੀ ਤੇ ਫਿਰ ਅਸੀਂ ਨੇ ਜੀ DSP DC ਦਫ਼ਤਰ ਦੇ ਉੱਥੇ ਫਤਿਹਗੜ੍ਹ ਸਾਹਿਬ ਐਪਲੀਕੇਸ਼ਨ ਦਿੱਤੀ ਜੀ ਨਾ DSP ਜੀ DC ਦੇ ਤੇ ਫਿਰ ਉਹ ਜੀ ਸਾਡੇ DSP ਦੇ ਜੀ ਸਾਡੇ ਬਿਆਨ ਹੋਏ ਦੋਹੇ ਧਿਰਾਂ ਦੇ ਉੱਥੇ ਸਾਡਾ ਕੋਈ ਸਮਝੌਤਾ ਨਹੀਂ ਹੋਇਆ ਹੈਗਾ ਜੀ ਤੇ ਉੱਥੇ ਬਿਆਨਾਂ ਤੋਂ ਬਾਅਦ ਅਸੀਂ RT ਪਾ ਕੇ ਕਢਾਈ ਆ ਜੀ ਉਹਦੇ ਵਿੱਚ ਦੇਖੋ RT ਦੇ ਵਿੱਚ RT ਦੇ ਵਿੱਚ ਜੀ ਆ ਦੇਖੋ ਪਟਵਾਰੀ ਨਰੈਣ ਸਿੰਘ ਦੇ ਬਿਆਨ ਆਏ ਨੇ ਜੀ ਆ ਦੇਖੋ ਤੁਸੀਂ ਪੜ੍ਹ ਲਓ ਵੀਰ ਜੀ ਬਿਆਨ ਕੀਤਾ ਜਾਂਦਾ ਹੈ ਕਿ ਮੈਂ ਨਰੈਣ ਸਿੰਘ ਉਰਫ ਚੌਰਵਾਲਾ ਤਹਿਸੀਲ ਚਨਾਥਲ ਕਲਾਂ ਵਿਖੇ ਦਾ ਤੈਨਾਤ ਹਾਂ ਮੁਤਾਬਕ ਜਮ੍ਹਾਂਬੰਦੀ 2018-19 ਦਾ ਰਕਬਾ ਨੜੀਨਾ ਕਲਾਂ ਦੀ ਖੇਪਟ ਖਾਤਾ ਨੰਬਰ 61-112 ਨੰਬਰ ਖਾਸਰਾ 25-5 ਮਿੰਟ ਦੇ ਵਿੱਚ 10 ਮਰਲੇ ਦਾ ਜੀ ਤੌੜ ਆ ਆ ਲਿਖਿਆ ਹੋਇਆ ਜੀ ਪਟਵਾਰੀ ਨੇ ਅੱਧਾ ਹਿੱਸਾ ਗੁਰਦੀਪ ਸਿੰਘ ਦੇ ਅਵਤਾਰ ਸਿੰਘ ਦੇ ਕੇਸਰ ਸਿੰਘ ਪੁੱਤਰ ਕੇਸਰ ਸਿੰਘ ਦੇ ਹਿੱਸੇ ਵਿੱਚ ਹੈਗਾ ਜੀ ਹੁਣ ਤੂੰ ਪਟਵਾਰੀ ਵੀ ਕਹਿ ਰਿਹਾ ਫਿਰ ਪ੍ਰਸ਼ਾਸਨ ਨੂੰ ਨਹੀਂ ਦਿਖਦਾ ਜੀ ਪੁਲਿਸ ਪ੍ਰਸ਼ਾਸਨ ਕਿਉਂ ਨਹੀਂ ਮੰਨ ਰਿਹਾ ਇਹਨੂੰ ਪਤਾ ਨਹੀਂ ਜੀ ਹੁਣ ਦੇਖੋ ਗਰੀਬ ਮਾਰ ਹੋ ਰਹੀ ਆ ਜੀ ਧੱਕਾ ਹੋ ਰਿਹਾ ਜੀ ਨਹੀਂ ਜਦੋਂ ਪਤਾ ਏ ਜਿੱਥੇ ਖੂਹ ਹੁੰਦਾ ਇਹ ਤਾਂ ਸਭ ਨੂੰ ਪਤਾ ਪੁਰਾਣੇ ਖੂਹ ਨੇ ਜਿਹੜੇ ਉਹ ਤੌੜ ਹੁੰਦਾ ਉੱਥੇ ਹਰ ਜਗ੍ਹਾ 'ਤੇ ਤੌੜ ਹੁੰਦਾ ਏ ਫਿਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਤੌੜ ਆ ਕੱਲ੍ਹ ਨੂੰ ਹੁਣ ਮੋਟਰ ਵੀ ਅੰਦਰ ਆ ਕੋਠਾ ਵੀ ਅੰਦਰ ਆ ਜੇ ਕੋਠਾ ਅੰਦਰ ਆ ਮੋਟਰ ਅੰਦਰ ਆ ਉਹਨਾਂ ਨੇ ਸਟਾਰਟਰ ਬਾਹਰ ਕੱਢ ਦੇਣਗੇ ਕੱਲ੍ਹ ਨੂੰ ਬੋਰ ਖਰਾਬ ਹੁੰਦਾ ਮੋਟਰ ਖਰਾਬ ਹੁੰਦੀ ਆ ਫਿਰ ਤੁਸੀਂ ਕਿੱਦਾਂ ਠੀਕ ਕਰੇਂਗੇ ਉਹ ਕੰਕਰੀਟ ਲਾ ਕੇ ਤਾਂ ਇਹੀ ਤਾਂ ਰੋਣਾ ਵੀਰ ਜੀ ਇਹੀ ਤਾਂ ਰੋਣਾ ਜੀ ਜਾਂ ਸਾਡਾ ਤੌੜ ਆ ਜੀ ਉਹ ਕਰੇ ਨਹੀਂ ਦੇ ਸਕਦੇ ਜੀ ਕੋਈ ਸੁਣਦਾ ਹੀ ਨਹੀਂ ਹੈਗਾ ਜੀ ਹੁਣ ਕੀ ਕਰੀਏ ਕੀ ਸਾਨੂੰ ਇਹੀ ਤਾਂ ਸਮਝ ਨਹੀਂ ਲੱਗਦੀ ਜੀ ਜੀਰੀ ਲਾਉਣੀ ਆ ਜੀ ਮੂਰੇ ਹੁਣ ਆਪਾਂ ਨੇ ਜੀਰੀ ਲਾਉਣੀ ਆ ਜੀ ਹੁਣ ਸਾਰਾ ਸਿਸਟਮ ਆਪਣਾ ਅੰਦਰ ਆ ਜੀ ਕੱਲ ਨੂੰ ਮੋਟਰ ਬੋਰ ਖਰਾਬ ਕੁਝ ਵੀ ਹੁੰਦਾ ਜੀ ਆਪਾਂ ਕੀ ਕਰਾਂ ਕੁਝ ਵੀ ਨਹੀਂ ਜੀ ਆਪਣਾ ਆ ਦੇਖੋ ਜੀ ਫਰਦ ਦੇ ਵਿੱਚ ਬਕਾਇਦਾ ਆ ਦੇਖੋ ਜੀ 25-5 ਦੇ ਵਿੱਚ 10 ਮਰਲੇ ਦਾ ਤੌੜ ਜੀ ਆ ਸਾਰੇ ਹਿੱਸੇਦਾਰ ਨੇ ਜੀ ਗੁਰਦੀਪ ਸਿੰਘ ਅਵਤਾਰ ਸਿੰਘ ਸੁਖਜਿੰਦਰ ਕੌਰ ਦਵਿੰਦਰ ਸਿੰਘ ਦਿਦਾਰ ਸਿੰਘ ਮਨਿੰਦਰ ਸਿੰਘ ਤੇ ਨਰਮੈਲ ਸਿੰਘ ਜੀ ਹੁਣ ਜਦੋਂ ਤੁਸੀਂ ਇਹਨਾਂ ਨਾਲ ਗੱਲ ਕੀਤੀ ਆ ਕੀ ਕਹਿੰਦੇ ਨੇ ਇਹ ਕਹਿੰਦੇ ਜੀ ਹੁਣ ਤਾਂ ਕੰਧ ਹੋ ਗਈ ਜੀ ਹਾਂਜੀ ਤੁਸੀਂ ਜਦੋਂ ਕੰਧ ਕਰ ਰਹੇ ਸੀਗੇ ਰੋਕੀ ਸੀਗੀ ਕੰਧ ਹਾਂਜੀ ਰੋਕੀ ਸੀ ਮੌਕੇ ਦੀਆਂ ਫੋਟੋਆਂ ਸਾਡੇ ਕੋਲ ਮੌਜੂਦ ਨੇ ਵੀਡੀਓ ਵੀ ਜੀ ਹਾਂਜੀ ਫਿਰ ਜਦੋਂ ਤੁਸੀਂ ਕੰਧ ਰੋਕੀ ਇਹਨਾਂ ਨੇ ਚਾਦਰਾਂ ਲਗਾਤੀਆਂ ਇਧਰ ਲੋਹੇ ਦੀਆਂ ਹਾਂਜੀ ਧੱਕੇ ਨਾਲ ਚਾਦਰਾਂ ਲਾਤੀਆਂ ਜੀ ਠੀਕ ਹੈ ਅਸੀਂ ਸਾਡੀ ਜੀ ਅਸੀਂ ਨੇ ਉਹਦਾ SHO ਹਾਂਜੀ SHO ਮੁਲੇਪੁਰ ਨੂੰ ਵੀ ਗੁਰਦੀਪ ਸਿੰਘ ਨੂੰ ਕਿਹਾ ਸੀਗਾ ਜੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਸਰ ਹਾਂਜੀ ਪਰਚਾ ਹੋਗਾ ਜੀ ਤਾਂ ਧੱਕੇ ਨਾਲ ਜੀ ਅਸੀਂ ਉਹਨਾਂ ਦਾ ਵੀ ਨਾਮ ਵਿੱਚ ਲਿਖਾਇਆ ਐਪਲੀਕੇਸ਼ਨ ਦੇ ਜੀ ਵੀ ਪੁਲਿਸ ਦੀ ਮਿਲੀ ਭੁਗਤ ਨਾਲ ਕੰਧ ਹੋਈ ਆ ਜੀ ਕੀ ਕਹਿੰਦੇ ਤੁਹਾਡੇ ਤੇ ਪਰਚਾ ਹੋਊਗਾ ਹਾਂਜੀ ਹਾਂਜੀ ਸਾਨੂੰ ਧਮਕੀਆਂ ਦਿੱਤੀਆਂ ਜੀ ਉਹਨਾਂ ਜੀ ਹਾਂਜੀ ਕੀ ਮੰਗ ਕਰਦੇ ਹੋ ਤੁਸੀਂ ਇਹ ਸਾਡਾ ਜੀ ਤੌੜ ਛੱਡਿਆ ਜਾਵੇ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਕਹੀ ਜਾ ਰਹੀ ਆ ਆਮ ਲੋਕਾਂ ਦੀ ਸੁਣਵਾਈ ਹੁੰਦੀ ਆ ਤੁਸੀਂ ਕਹਿ ਰਹੇ ਹੋ ਕਿ ਰਸੂਖਦਾਰ ਬੰਦੇ ਨੇ ਸਾਡੇ ਨਾਲ ਧੱਕਾ ਹੋ ਰਿਹਾ ਏ ਸਰਕਾਰ ਨੂੰ ਕੀ ਅਪੀਲ ਕਰਾਂਗੇ CM ਭਗਵੰਤ ਮਾਨ ਨੂੰ ਕੀ ਅਪੀਲ ਕਰਾਂਗੇ ਹੱਥ ਬੰਨ ਕੇ ਬੇਨਤੀ ਆ ਜੀ ਸਾਡੇ ਸਾਰਾ ਕੁਝ ਛਡਾਇਆ ਜਾਵੇ ਜੀ ਹੱਥ ਬੰਨਦੇ ਆ ਬੇਨਤੀ ਆ ਜੀ ਸਾਡੀ ਸੋ ਇਹ ਮਾਮਲਾ ਜੀ ਪਿੰਡ ਦੇ ਹੋਰ ਵੀ ਪਤਵੰਤੇ ਸੱਜਣ ਖੜੇ ਨੇ ਕਿਸਾਨ ਨਾਲ ਕਿਹਾ ਜਾ ਰਿਹਾ ਧੱਕਾ ਹੋ ਰਿਹਾ ਏ ਬੋਰ ਅੰਦਰਾ ਖੂਹ ਦਾ ਤੌੜ ਆ ਜਿਹੜਾ ਉਹਦੀ ਜਗ੍ਹਾ ਵੀ ਰੋਕੀ ਜਾ ਰਹੀ ਆ ਕੋਠਾ ਅੰਦਰਾ ਤੇ ਇੱਕ ਪਾਈਪ ਕੱਢ ਦਿੱਤਾ ਗਿਆ ਇੱਧਰ ਬੋਰ ਤੋਂ ਤੇ ਕਿਹਾ ਜਾ ਰਿਹਾ ਮੋਟਰ ਚਲਾ ਲਓ ਨਹੀਂ ਰੋਕਾਂਗੇ ਪਰ ਕੱਲ ਨੂੰ ਕੋਈ ਦਿੱਕਤ ਆਉਂਦੀ ਆ ਅੰਦਰ ਜਾਣ ਤੋਂ ਵੀ ਰੋਕ ਸਕਦੇ ਨੇ ਕੰਕਰੀਟ ਲਗਾ ਕੇ ਜਿਹੜੀਆਂ ਦੀਵਾਰਾਂ ਨੇ ਉਹ ਕਰ ਦਿੱਤੀਆਂ ਗਈਆਂ ਨੇ
सो खूह के तौड़ का नक्शे च भी जो खूह का तौड़ आ दिखाई दे रहा है। सारा सड़क तो जो रस्ता जाता है किले च तौड़ आ जो भी दिखाई दे रहा, कहते सारा नक्शे च सारा सिस्टम आ, पर फिर भी कहते धक्का हो रहा। होर भी वीर ने गल करते हैं। हाँ जी, वाहगुरु जी का खालसा, वाहगुरु जी की फतेह। हाँ जी, की नाम है जी? मेरा नाम गुरदीप सिंह है जी। साढ़े नाल नजायज़ धक्का हो रहा है। ये साड़ी खेबट कट्ठी थी, दविंदर सिंह दार सिंह ये जमीन बेच गए, ये अपने वैदा ने ले ली जमीन, वैदा जमीन ले ली, इन्होंने कर ली कंध, असी ने रोकी भी इत्थे, इन्होंने धक्के तो चादर लातिया ने मूहरे, धक्के तो चादर साडा छड्या जाए, साड़ी तो यही बेनती है। प्रशासन कोई सुनवाई नहीं कर रहा, कितने साड़ी सुनवाई नहीं हो रही, कोई नहीं सुन रहा। सरपंच साहब कौन ने जी? हाँ जी, सरपंच साहब आ जाओ जी। हाँ जी, वाहगुरु जी का खालसा, वाहगुरु जी की फतेह। की नाम है जी? अमरीक सिंह जी। अमरीक सिंह जी, की कहेंगे तुसी पिंड दे थोड़े वसनीक ने जिहड़े वीर सानू बुलाया गया है, कहिंदे काफ़ी टाइम तो फिर रहे हैं, साडे नाल धक्का हो रहा है जी, किस तरह देखते हो इस सिस्टम? धक्का ही हो रहा है जी, यह कोई सुनवाई नहीं है जी, हुण भी सुनवाई नहीं हैगी जी। आम लोगों की सरकार कही जा रही है बदलाव आया है बहुत बड़ा, पहला तो सुनया सीगा लोगों नाल धक्का हुंदा, तुसी कह रहे हो कि हुण भी धक्का हो रहा? थोनू भी दिख रहा जी, मेरे कहूँ कहा बदलाव कहा नहीं जा सकता है, गरीब वास्ते कोई बदलाव नहीं है। आ सूए का पानी आ बंद कर, सूए की खाल भी इतने बिच दी है जी, डबल कंध होगी, पर खाल आ सूए की, इधर इन्हों की खाल आती भरती आए खेत वीर जी। जे देखा जाए सीएम भगवंत मान के सख्त ऑर्डर आए ने कि जमीन का पानी बचाने लई इत्थे आ जाओ, बई खसूए दियां खाला ने जिहड़ियां उह बहाल कीतियां जाण, जिथे भी जिन्हें भी बाही भी आ उह खाला उदां ही पै जाण, पर इह तां बई जी छड्डणी पैणियां फिर हर हाल। नहीं जी, उहनां नूं कई वारी 2 महीने तो कह रहे, 2-3 महीने तो पहलां भी दस्सिया भी उरे सूए दा पाणी आउंदा, कहिंदे खाले नहीं लगी भी उरे तां। नहरी महकमे के पटवारी साहबान ज होर अधिकारी रिकॉर्ड कटा के दिखाता सारा कुछ उत्थे थोड़े कोल पहुंचे नहीं जी, पिंड पिंड च पटवारी नहरी महकमे के अधिकारी पहुंच रहे, पटवारी साहब पहुंचे ने, वो भी कदों के कह रहे ने भी खाल बनवा दो, नहीं मैं भी केस पाउणा। पटवारी साहब भी 2-3 बार आ चुके ने, कोई हले खाल बारे कोई मसला हल नहीं हो रहा, कुछ नहीं हो रहा। हाँ जी, सैकटरी नाल भी आ साडी बनदी आ पंजाब दे जिहड़ा नहरी महकमे दा होना सैकटरी जी, कोई कहिंदी उहदे नाल भी साडी कहिंदे बनदी आ। अच्छा, पटवारी कहते होने भी असि हूं तो भी इतने तक बन दिया, तू कहते फिर उरे खाला कटा आदमी गदावरिया ने जी जी, सारा जी ये सारा सूए की ढाल भरते ने, पर सूए की खाल है जी कहते भी रोक ली गई है, चार दवारी कर ली गई है, जिथों की पुरानिया खाला चलदिया ने, पुराने टाइम तो सूए के पानी नाल सिंचाई होंगी सी खेतों की, वो खाला रोक लिया गई ने, तो दसण के मुताबिक पता लग रहा है कि कहें जी साड़ी पहुँच आ जिहड़ा नहरी महकमे का सारा सिस्टम आ उत्थे तक पहुँच आ, सानू कोई डर नहीं, पटवारी भी कहें इदा कहा गया है। सो बने रहो तुसी पंजाबी लोक चैनल दे नाल, कहिंदे जी धक्का हो रहा किसानां नाल, किसान बड़ी मुश्किलां चों लंघ रहे ने, किसानां नूं दिन रात मेहनत करनी पैंदी आ, पर कहा जा रहा है किसानी घाटे च जा रही है, जदों इदां दे हमले हुंदे ने तां किसानी दा इलाका जिहड़ा बिल्कुल टुट जांदा है। किसान ने साडे नाल, इन्हां ने सानूं इत्थे बुलाया, पूरे कागज़ ने जिहड़े लई खड़े ने। सो दूजी धिर नाल भी गल करांगे, प्रशासन नाल भी गल करांगे, पटवारी साहिबान नाल भी गल करांगे, एएसआई बलकार सिंह जो मौका देख के गए ने उन्हां नाल गल करन दी कोशिश करांगे, क्योंकि पता लग रहा है कि कहा जा रहा है कि इत्थे तां तौड़ दिखे नहीं रहा, तौड़ किदां दिखदा बलकार सिंह नाल गल करन दी कोशिश करदे आं, क्योंकि तौड़ तां जिथे खूह आ उत्थे आम देखदे आं उत्थे तौड़ हुंदा, कई जगह ते तां पुराने बहुत रुख खड़े ने, जिथे तौड़ ने उदां ही पए ने, किसी ने सेड़े नहीं, खेतां च पए ने उदां ही। सो गल करदे आं बलकार सिंह एएसआई नाल, जे फोन चुकदे ने। हाँ जी, सति श्री अकाल जी। बलकार सिंह बोल रहे हो जी, एएसआई साहब बोलो जी। मनविंदर सिंह टिवाणा बोल रहे हैं जी, पत्रकार पंजाबी लोक चैनल तो जी। बोलो सर, एक ना नलीने कलां पहुंचे सीगे जी, इत्थे एक जगह दा रौला जी खूह दे तौड़ दा, कल तुसी मौका देख के गए सीगे, की है सर मसला? ये मैनूं ना पुछो, तुहानूं पता होऊगा। नहीं सानूं नहीं पता जी, तुसी मौका देखे जी, तुसी की कार्रवाई कर रहे हो? कार्रवाई तो तुसी करनी है सर, असी तां थोड़ा पक्ष जानन दी कोशिश कर रहे हां। हां पक्ष मेरा ये है, मेरे कोल डीएसपी साहब वल्लों एक पत्र आया है इन्हां दे रुकू कार्रवाई करन दा, दोनों तरह दी जी। मैं तो उहदे सामने च कॉल कीती सी, इह कहिंदे साडा मौका देखो, मैं कहा मेरे कोल दरखास्त है नहीं भाई कोई। हाँ जी ठीक है जी, बस इन्नी गल सी, इन्हां ने बंदे इकट्ठे कर ले चार उत्थे, फिर मैं चला गया उत्थे जी, ते बस इन्नी गल सी, मेरा कोई मौका देखने वाली कोई गल बनदी नहीं, मेरे कोल कंप्लेंट है।
ਤੁਸੀਂ ਮੌਕਾ ਦੇਖਣ ਆਏ ਸੀਗੇ ਇਦਾਂ ਤੌਰ ਬਈ ਤੁਸੀਂ ਨਹੀਂ ਨਹੀਂ ਮੌਕਾ ਮੌਕਾ ਤਾਂ ਇਹਨਾਂ ਨੇ ਮੈਨੂੰ ਕੰਪੈਲ ਕੀਤਾ ਏ ਜੀ ਚਾਰ ਇਕੱਠੇ ਗੱਲ ਉਹਨੇ ਮੈਨੂੰ ਫੋਨ ਕਰਵਾ ਦੇ ਕਹਿੰਦੇ ਜੀ ਆਓ ਜੀ ਆਓ ਆਓ ਠੀਕ ਹੈ ਜੀ ਤੁਹਾਨੂੰ ਤਾਂ ਇੱਕ ਕਾਰਵਾਈ ਆਈ ਵੀ ਆ ਬਈ ਜਿਹੜਾ ਕੋਈ ਵੀ ਧਿਰ ਇੱਥੇ ਕੋਈ ਕਾਰਵਾਈ ਨਾ ਕਰੇ ਕੋਈ ਉਸਾਰੀ ਨਾ ਕਰੇ ਕੋਈ ਐਂਟਰ ਨਾ ਹੋਵੇ ਇਦਾਂ ਦਾ ਕੁਝ ਨਹੀਂ ਹੈ ਇਦਾਂ ਦਾ ਕੁਝ ਨਹੀਂ ਹੈ ਹਾਂਜੀ ਮੇਰੇ ਕੋਲ ਤਾਂ ਸਿਰਫ ਰੋਕੂ ਕਾਰਵਾਈ ਕਰਨ ਲਈ ਹੀ ਹੋਵੇ ਦੋਨਾਂ ਡੀਐਸਪੀ ਸਾਹਿਬ ਕੋਲ ਪੜਤਾਲ ਚੱਲਦੀ ਸੀ ਜੀ ਉਹਨਾਂ ਵੱਲੋਂ ਪੱਤਰ ਆਇਆ ਮੇਰੇ ਕੋਲ ਵੀ ਇਹਨਾਂ ਦੀ ਰੋਕੂ ਕਾਰਵਾਈ ਅੰਮ੍ਰਿਤ ਲਿਆਓ ਜੀ ਤੇ ਇਹਨਾਂ ਨੇ ਫਿਰ ਇੱਥੇ ਦੀ ਦੀਵਾਰਾਂ ਕਰਕੇ ਅੰਦਰ ਕੰਕਰੀਟ ਭਰ ਦਿੱਤਾ ਗਿਆ ਇਹ ਕਹਿੰਦੇ ਸਾਡੇ ਨਾਲ ਧੱਕਾ ਹੋ ਰਿਹਾ ਏ ਇਹਦੇ ਬਾਰੇ ਮੈਨੂੰ ਮੈਂ ਤਾਂ ਕੁਝ ਨਹੀਂ ਕਹਿ ਸਕਦਾ ਦੇਖੋ ਜੀ ਇਹ ਕਹਿ ਰਹੇ ਨੇ ਕਿ ਫਸਟ ਟਾਈਮ ਕੰਕਰੀਟ ਆਈ ਆ ਕਹਿੰਦੇ ਏਐਸਆਈ ਸਾਹਿਬ ਕਹਿੰਦੇ ਨੇ ਕਿ ਇੱਥੇ ਤਾਂ ਕੋਈ ਤੌੜ ਦਿਖਾਈ ਨਹੀਂ ਦੇ ਰਿਹਾ ਸਰ ਜਿੱਥੇ ਖੂਹ ਹੁੰਦਾ ਪੁਰਾਣਾ ਤੌੜ ਤਾਂ ਆਪਾਂ ਨੂੰ ਵੀ ਪਤਾ ਹਰ ਜਗ੍ਹਾ ਤੇ ਤੌੜ ਨਹੀਂ ਸਿਰਫ ਮੈਂ ਤਾਂ ਇੰਨੀ ਗੱਲ ਕਹੀ ਸੀ ਇਹ ਕਹਿੰਦੇ ਨਾ ਜਿੱਥੋਂ ਸੜਕ ਤੋਂ ਇੱਕ ਵੱਟ ਜਾਂਦੀ ਹੈ ਹਾਂਜੀ ਮੈਂ ਤਾਂ ਮੈਨੂੰ ਇਹ ਕਹਿੰਦੇ ਵੀ ਬੱਟ ਤੋਂ ਮੈਂ ਰਸਤਾ ਸਿੱਧਾ ਮੈਂ ਕਿਹਾ ਬਈ ਮੈਨੂੰ ਦਿੱਕਤ ਹੈ ਨਹੀਂ ਕੋਈ ਰਸਤਾ ਸਾਰੇ ਉਹਨਾਂ ਨੇ ਚੜ ਕੇ ਦੇਖਿਆ ਉੱਤੇ ਵੀ ਦੱਸ ਦੋ ਭਾਈ ਜੇ ਕੋਈ ਰਸਤਾ ਮੈਂ ਤਾਂ ਨਾਰਮਲੀ ਗੱਲ ਕੀਤੀ ਹੈ ਕੋਈ ਆਪਣੇ ਕਿਹੜਾ ਕੋਈ ਰਿਸ਼ਤੇਦਾਰ ਨੇ ਨਾ ਇਹ ਨੇ ਨਾ ਉਹ ਨੇ ਆਪਾਂ ਦੋਨੋਂ ਤਾਂ ਇੱਕ ਨੇ ਨਹੀਂ ਸੜਕ ਤੋਂ ਜਿਹੜੀ ਪਹੀ ਆ ਸਰ ਉਹ ਤਾਂ ਸਾਨੂੰ ਵੀ ਦਿਖਾਈ ਦੇ ਰਹੀ ਆ ਵੀਡੀਓ ਬਣੀ ਵੀ ਆ ਸਾਡੇ ਕੋਲ ਅਸੀਂ ਵੀ ਹੁਣ ਨਹੀਂ ਤੁਸੀਂ ਅੰਦਰ ਜਾ ਕੇ ਦੇਖੋ ਅੰਦਰ ਅੰਦਰ ਸਰ ਅਸੀਂ ਉੱਤੇ ਚੜ ਕੇ ਦੇਖਿਆ ਇਹ ਖੂਹ ਹੈਗਾ ਇਹ ਲਵੇ ਦੀ ਪਹੀ ਕਹਿ ਰਹੇ ਨੇ ਤੇ ਕਹਿੰਦੇ ਪਹੀ ਸੀ ਨਾ ਦਿਸਦੀ ਹੈ ਕਿ ਪਹੀ ਨਹੀਂ ਨਾ ਦਿਸਦੀ ਹੈਗੀ ਗੱਲ ਤਾਂ ਇਹ ਸੀ ਇਹ ਪਹੀ ਦੀ ਮੈਂ ਸਿਰਫ ਇੰਨੀ ਗੱਲ ਕੀਤੀ ਸੀ ਵੀ ਬਈ ਪਹੀ ਆ ਇਹ ਕਹਿੰਦੇ ਵੀ ਪਹੀ ਆ ਇੱਥੋਂ ਸਿੱਧੀ ਮੈਂ ਕਿਹਾ ਵੀ ਪਹੀ ਉਹ ਦਿਸਦਾ ਰਹੀ ਨਹੀਂ ਵੈਸੇ ਜੇ ਸਰ ਮੈਂ ਗੱਲ ਕੀਤੀ ਸੀ ਆਪਾਂ ਨੇ ਜੇ ਆਪਾਂ ਦੇਖਿਆ ਜਾਵੇ ਜੇ ਕਿਸਾਨ ਨੇ ਕੱਲ ਨੂੰ ਝੋਨਾ ਲਾਉਣਾ ਜੀ ਇਹਨਾਂ ਨੇ ਬੋਰ ਦਾ ਮੂੰਹ ਆ ਜਿਹੜਾ ਉਹ ਤਾਂ ਬਾਹਰ ਕੱਢ ਦਿੱਤਾ ਤੇ ਕੱਲ ਨੂੰ ਕੋਈ ਮੋਟਰ 'ਚ ਨੁਕਸ ਪੈਂਦਾ ਇਹ ਕਿੱਥੋਂ ਮੋਟਰ ਕੱਢਣਗੇ ਇਹ ਕਿੱਦਾਂ ਕਰਨਗੇ ਤਾਂ ਕਿਸਾਨ ਦੀ ਸਾਰੀ ਜ਼ਿੰਦਗੀ ਆ ਜਿਹੜੀ ਕਮਾਈ ਆ ਜਿਹੜੀ ਸਾਰੀ ਇਹ ਤਾਂ ਹੁਣ ਉਹੀ ਦੱਸ ਸਕਦੇ ਨਾ ਜਿਹੜੀ ਦੂਜੀ ਧਿਰ ਹੈ ਉਹ ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੋਈ ਹੋਈ ਹੈ ਬਹਿ ਕੇ ਜੀ ਮੇਰੇ ਨਾਲ ਇਹਦਾ ਕੋਈ ਲੱਗਾ ਦੇ ਬੈਰੀ ਗੱਲਬਾਤ ਜੀ 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 ਡੀਐਸਪੀ ਸਾਹਿਬ ਕੌਣ ਨੇ ਜੀ ਜਿਨ੍ਹਾਂ ਕੋਲ ਇਹ ਕੇਸ ਹੈ ਸਰ ਸੁਖਵੀਰ ਸਿੰਘ ਉਹਨਾਂ ਨੇ ਨਹੀਂ ਉਹਨਾਂ ਨੇ ਵੀ ਰਿਪੋਰਟ ਬਣਾ ਕੇ ਭੇਜਤੀ ਉਹਨਾਂ ਨੇ ਤਾਂ ਐਸਐਸਪੀ ਸਾਹਿਬ ਨੂੰ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਐਸਐਸਪੀ ਸਾਹਿਬ ਨੂੰ ਮਿਲੀਏ ਜੀ ਇਸ ਮਸਲੇ 'ਚ ਬਿਲਕੁਲ ਜੀ ਬਿਲਕੁਲ ਜੀ ਜੀ ਧੰਨਵਾਦ ਜੀ ਧੰਨਵਾਦ ਸੋ ਇਹ ਸਨ ਏਐਸਆਈ ਸਾਹਿਬ ਜਿਨ੍ਹਾਂ ਨੇ ਕਿਹਾ ਕਿ ਮੈਨੂੰ ਇਹ ਤਾਂ ਰੋਕੂ ਕਾਰਵਾਈ ਲਈ ਆਇਆ ਸੀਗਾ ਪਰ ਤੁਸੀਂ ਦੇਖ ਰਹੇ ਹੋ ਕਿਤੇ ਨਾ ਕਿਤੇ ਜਿਹੜੀ ਗੱਲ ਆ ਉਹ ਕੋਈ ਕਿਨਾਰੇ ਨਹੀਂ ਲੱਗਦੀ ਦਿਖ ਰਹੀ ਕਿਨਾਰੇ ਕਦੋਂ ਲੱਗੂਗੀ ਕਿ ਇਹ ਪਰੇਸ਼ਾਨ ਹੁੰਦੇ ਰਹਿਣਗੇ ਝੋਨੇ ਦਾ ਸੀਜ਼ਨਾਂ ਸਿਰ 'ਤੇ ਆ ਗਿਆ ਕਿਸਾਨ ਪਰੇਸ਼ਾਨ ਹੋ ਰਹੇ ਨੇ ਭੈਣਾਂ ਨਾਲ ਫਿਰ ਰਹੀ ਆ ਤਪਦੀ ਗਰਮੀ ਦੇ ਵਿੱਚ ਦਫ਼ਤਰਾਂ ਦੇ ਚੱਕਰ ਕੱਟ ਰਹੇ ਨੇ ਪਰ ਜਿਹੜਾ ਮਸਲਾ ਇਹ ਹੱਲ ਨਹੀਂ ਹੋ ਰਿਹਾ ਕਿਹਾ ਜਾ ਰਿਹਾ ਰਸੂਖਦਾਰ ਪਰਿਵਾਰ ਨੇ ਹਰ ਇੱਕ 'ਤੇ ਆਪਣਾ ਦਬਦਬਾ ਜਾਂ ਆਪਣੀ ਪੈਸੇ ਦੀ ਧੌਂਸਾ ਉਹ ਦਿਖਾਉਂਦੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਉਹ ਕੀ ਕਹਿੰਦੇ ਨੇ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਦੂਜੀ ਧਿਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹ ਕੀ ਕਹਿੰਦੇ ਨੇ ਜੇ ਫੋਨ ਚੁੱਕਦੇ ਨੇ ਉਹ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੌਣ ਸਾਹਿਬ ਬੋਲ ਰਹੇ ਹੋ ਜੀ ਹੁਕਮ ਕਰੋ ਸਰ ਮਨਵਿੰਦਰ ਸਿੰਘ ਟਿਵਾਣਾ ਬੋਲ ਰਿਹਾ ਜੀ ਪੱਤਰਕਾਰ ਪੰਜਾਬੀ ਲੋਕ ਚੈਨਲ ਤੋਂ ਬੋਲੋ ਸਰ ਕੀ ਨਾਮ ਹੈ ਜੀ ਆਪਣਾ ਸ਼ੁਭ ਨਾਮ ਮੈਂ ਕ੍ਰਿਸ਼ਨ ਕੁਮਾਰ ਬੋਲ ਰਿਹਾ ਜੀ ਜੀ ਸਰ ਇੱਕ ਨਾ ਨਲੀਨੇ ਪਿੰਡ ਦੇ ਵਿੱਚ ਆਏ ਸੀਗੇ ਇੱਥੇ ਕਿਸਾਨ ਇਕੱਠੇ ਹੋਏ ਨੇ ਕਹਿੰਦੇ ਸਾਡੇ ਨਾਲ ਧੱਕਾ ਹੋ ਰਿਹਾ ਸਾਡੇ ਖੂਹ ਦਾ ਤੌੜ ਰੋਕ ਲਿਆ ਗਿਆ ਏ ਸਾਡਾ ਬੋਰ ਅੰਦਰ ਹੈ ਤੇ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਕੋਈ ਗੱਲ ਨਹੀਂ ਵੀਰ ਜੀ ਜਿਹੜੇ ਕਾਗਜ਼ ਪੱਤਰ ਨੇ ਲੈ ਆਓ ਅਸੀਂ ਵੀ ਲੈ ਆਉਨੇ ਆ ਵੀਰ ਜੀ ਉਹ ਬੈਠ ਕੇ ਗੱਲ ਹੋ ਸਕਦੀ ਹੈ ਜੀ ਜੀ ਨਹੀਂ ਅਸੀਂ ਤਾਂ ਤੁਹਾਡਾ ਪੱਖ ਜਾਣਨਾ ਹੈ ਜੀ ਕਾਗਜ਼ ਪੱਤਰ ਤਾਂ ਉਹਨਾਂ ਨੇ ਲੈ ਕੇ ਆਉਣੇ ਨੇ ਅਸੀਂ ਤਾਂ ਤੁਹਾਡੇ ਤੋਂ ਪੁੱਛਣਾ ਵੀ ਕੀ ਗੱਲ ਹੈ ਜੀ ਤੁਸੀਂ ਵਾਕਈ ਧੱਕਾ ਕਰ ਰਹੇ ਹੋ ਵੀਰ ਜੀ ਮੈਨੂੰ ਲੱਗਦਾ ਸਾਡੇ ਨਾਲ ਧੱਕਾ ਹੋ ਰਿਹਾ ਜੀ ਹਾਂਜੀ ਜੀ ਤੇ ਕੁਝ ਕਿਸਾਨ ਹੋਰ ਵੀ ਇੱਥੇ ਇਕੱਠੇ ਹੋਏ ਨੇ ਉਹ ਕਹਿੰਦੇ ਜੀ ਸਾਡੀ ਸੂਏ ਦੀ ਖਾਲ ਵੀ ਰੋਕ ਲਈ ਗਈ ਹੈ ਸਾਡਾ ਪਾਣੀ ਨਹੀਂ ਆ ਰਿਹਾ 16 ਘੰਟੇ ਪਾਣੀ ਸੀਗਾ ਅੱਗੇ ਸੂਏ ਦੀ ਖਾਲ ਆਉਂਦੀ ਸੀਗੀ ਉਹ ਪਟਵਾਰੀ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਜੀ ਅਸੀਂ ਵਿੱਚੋਂ ਕੱਢ ਕੇ ਦੇ ਰਹੇ ਹਾਂ ਜੀ ਪੈਪ ਪਵਾ ਰਹੇ ਹਾਂ ਜੀ ਇਹ ਸੂਏ ਦੇ ਤੌੜ ਜਿਹੜਾ ਇਹ ਖਾ ਇਹ ਖੂਹ ਦੇ ਤੌੜ ਦੀ ਗੱਲ ਹੋ ਰਹੀ ਹੈ ਜੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਜੀ ਇਹਨਾਂ ਨੂੰ ਬਿਹਤਰ ਪਤਾ ਜੀ ਉੱਥੇ ਜਿਹੜਾ ਖੂਹ ਦਾ ਤੌੜ ਹੁੰਦਾ ਜੀ ਉਹਦਾ 26 ਨੰਬਰ ਹੁੰਦਾ ਜੀ ਜੀ ਇਹ ਅਸੀਂ ਜਿੰਨੀ ਮਾਲਕੀ ਸੀਗੀ ਜੀ ਜਿੰਨੀ ਅਸੀਂ ਖਰੀਦੀ ਹੈ ਜੀ ਉਹ ਤੋਂ ਇਹਨਾਂ ਵੱਲ ਛੱਡ ਕੇ ਆਪਣੇ ਵੱਲ ਕੰਧ ਕੀਤੀ ਹੈ ਜੀ ਇਹ ਕਹਿੰਦੇ ਜੀ ਖੇਵਟ ਕਿਸਾਨ ਜੀ ਆ ਇੱਥੇ ਕਹਿੰਦੇ ਤੁਹਾਡਾ ਹਿੱਸਾ ਬਹੁਤ ਘੱਟ ਬਣਦਾ ਜਿੱਦਾਂ ਜੇ ਖੇਵਟ ਦੇਖੀ ਜਾਵੇ ਵੀਰ ਜੀ ਮਿਹਨਤੀ ਉਹਦਾ ਵਧੀਆ ਸਾਧਨ ਆ ਜੀ ਜੀ ਉਹ ਮਿਹਨਤੀ ਕਰਾ ਲੈਣ ਜੇ ਅਸੀਂ ਰੋਕੀ ਹੋਈ 1 ਇੰਚ ਵੀ ਇਹਨਾਂ ਦੀ ਜਗ੍ਹਾ ਰੋਕੀ ਹੋਈ ਤਾਂ ਅਸੀਂ 1 ਬਿੱਘਾ ਛੱਡਾਂਗੇ ਜੀ ਇਹ ਕਹਿੰਦੇ ਨੇ ਜੀ ਜਿੱਦਾਂ ਇਹਨਾਂ ਦਾ ਕਹਿਣਾ ਇਹ ਵੀ ਹੈ ਜੀ ਜਿੱਦਾਂ ਕਹਿੰਦੇ ਜੇ ਮਿਹਨਤੀ ਕਰਾਉਣੇ ਆ ਮਿਹਨਤੀ ਕਰਵਾ ਲਾਂਗੇ ਕੋਈ ਚੱਕਰ ਨਹੀਂ ਫਿਰ ਜਿੱਦਾਂ ਖੇਵਟਾਂ ਬੋਲਦੀਆਂ ਨੇ ਫਿਰ ਜੇ ਇੱਥੇ ਬੋਲਦੀ ਆ ਇਹ ਤੁਹਾਡੀ ਕਿਤੇ ਹੋਰ ਬੋਲਦੀ ਆ ਜਿਹੜੀ ਤੁਸੀਂ ਖਰੀਦੀ ਆ ਫਿਰ ਤੁਸੀਂ ਉਸ ਲਈ ਐਗਰੀ ਹੋਵੇਂਗੇ ਇਹ ਵੀ ਕਹਿ ਰਹੇ ਨੇ ਜੀ ਉਹ ਕਾਨੂੰਨ ਦਾ ਫੈਸਲਾ ਹੁੰਦਾ ਵੀਰ ਜੀ ਮੇਰਾ ਫੈਸਲਾ ਨਹੀਂ ਹੋਣਾ ਜੀ ਨਾ ਇਹਨਾਂ ਦੇ ਕਹੇ ਤੇ ਹੋਣਾ ਜੀ ਉਹ ਜੋ ਜੱਜ ਸਾਹਿਬ ਜਜਮੈਂਟ ਦੇਣਗੇ ਅਸੀਂ ਮਨਜ਼ੂਰ ਕਰਾਂਗੇ ਜੀ ਸਾਨੂੰ ਫੇਰ ਤਾਂ ਜੀ 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 ਧੰਨਵਾਦ ਜੀ ਧੰਨਵਾਦ ਜੀ
जिहड़े पटवारी साहिबान ने उन्हां नाल भी गल करांगे जे हो सकिया। एस एस पी मैम ने इत्थों डॉक्टर रवजोत गरेवाल उन्हां नाल भी गल करन दी कोशिश करांगे कि आ मसला उन्हां दे ध्यान च आया जिहड़ा क्यों नहीं परिवार नूं इंसाफ मिल रहा क्यों धक्का हो रहा है ये जानण दी कोशिश करांगे। तुसीं बने रहो पंजाबी लोक चैनल दे नाल। सो किसान ने जिहड़े कह रहे ने कि खाल भी साडी रोक ली गई है जो नहरी पानी खेतां नूं लगदा सीगा खाल ते भी कब्जा है जिहड़ा कर लिया गया है। नहरी महकमे के पटवारी साहबान ने उन्होंने गल कर कोशिश करदे वो की कहें इस मामले कि उन्होंने ध्यान च है यह मामला क्योंकि पंजाब सरकार वालों उपराले किए जा रहे हैं नहरी पानी खेतों तक पहुँचाने खाल सड़वाई जा रही ने। हेलो हेलो हाँ जी सत श्रीकाल जी नहरी विभाग तो पटवारी साहबान गल कर रहे हो जी। हाँ जी सर अपना नाम की है जी शुभ नाम तुसी कित्थों बोलदे हां मनविंदर सिंह टिवाणा बोल रहे हैं जी पत्रकार पंजाबी लोक चैनल तो। हाँ जी सर दसो अपना नाम की है सर मेरा मान सिंह है जी नाम। हाँ जी मान सिंह जी एक ना मैं नलीने पिंड विच आया हुआ सीगा जी इत्थे ना एक चारदीवारी कीती आ उत्थे किसान इकट्ठे होए सीगे वो कहिंदे साडे सूए दा खाल आ जिहड़ा रोक लिया गया है जिन्होंने चार दवारी कीती है। हाँ जी हाँ जी उस मसले च की कारवाई की जा रही पंजाब सरकार दी हदायतां ने सख्त के खाल सड़वाई जान इन्हां नाल सर इन्हां नूं तां जदों इन्हां ने बगल करिया कहिंदे वी इन्हां दी गलबात होई वी उन्हां दे नाल वी उह पाइप पा के देणगे। ठीक है जी ਤੇ ਹੁਣ ਮੈਂ ਕੱਲ ਵੀ ਸਰ ਇੱਥੇ ਆਇਆ ਸੀ ਉਹਨਾਂ ਨੂੰ ਮੈਂ ਦੋ ਵਾਰੀ ਆਪਣੇ ਪੱਧਰ ਤੇ ਮਿਲਿਆ ਮੈਂ ਪਰਸੋਂ ਵੀ ਆ ਕੇ ਗਿਆ ਸਰਪੰਚ ਸਾਹਿਬ ਸੀ ਅਵਤਾਰ ਤੇ ਇਹਨੂੰ ਆਪਣਾ ਬੁਲਾਇਆ ਸੀ ਕੁਲਵੰਤ ਨੂੰ। ਠੀਕ ਹੈ ਜੀ ਤੇ ਮੈਂ ਤਾਂ ਆਪਣੇ ਪੱਧਰੋਂ ਕਾਫੀ ਹੁਣ ਇਹਨਾਂ ਨੂੰ ਜੇ ਮਤਲਬ ਇਹਨਾਂ ਨੇ ਕੋਈ ਕਾਰਵਾਈ ਜਾਂ ਤਾਂ ਫਿਰ ਆਪਾਂ ਉਹਨਾਂ ਖਾਲ ਰੋਕਣ ਦਾ ਕੇਸ ਪਾਈਏ। ਹਾਂਜੀ ਹਾਂਜੀ ਉਹ ਬਣਦਾ ਜੀ ਫਿਰ ਸਾਰਾ ਕਿਉਂਕਿ ਜੇ ਆਪਾਂ ਉਹ ਕਹਿੰਦੇ ਜੀ ਸਰ ਵੀ ਅਸੀਂ ਪਾ ਦਿੰਨੇ ਆ ਕੱਲ ਵੀ ਮੇਰੀ ਗੱਲ ਹੋਈ ਆ ਬੈਜ ਨਾਲ ਸ਼ਿਵ ਕੁਮਾਰ ਨਾਲ। ਹਾਂਜੀ ਤੇ ਕੱਲ ਮੈਂ ਉਹਨੂੰ ਨੰਬਰ ਵੀ ਦਿੱਤਾ ਇੱਥੇ ਜਿਹੜਾ ਸਾਹਮਣੇ ਆਪਣਾ ਪਾਈਪ ਲਾਈਨ ਆ ਨਾ ਇੱਥੇ ਪਾਈਪ ਲਾਈਨ ਦੀ ਫੈਕਟਰੀ ਆ। ਸਰ ਜੇ ਆਪਾਂ ਦੇਖੀਏ ਚਲੋ ਪਾਈਪ ਤਾਂ ਪਾ ਦੇਣਗੇ ਸਰਕਾਰ ਵੀ ਹਦਾਇਤਾਂ ਕਰ ਰਹੀ ਆ ਕਿ ਅਸੀਂ ਅੱਗੇ ਪਾਈਪ ਲਾਈਨਾਂ ਪਾ ਕੇ ਦਵਾਂਗੇ ਕਿਸਾਨਾਂ ਨੂੰ ਤੇ ਜੇ ਦੇਖਿਆ ਜਾਵੇ ਜਗ੍ਹਾ ਕਿੰਨੀ ਹੈ ਜੀ ਇਹ ਨਹਿਰੀ ਮਹਿਕਮੇ ਦੀ ਜਿਹੜੀ ਜਗ੍ਹਾ ਹੈ। ਸਰ ਨਹਿਰੀ ਮਹਿਕਮੇ ਦੀ ਰਿਜ਼ਰਵ ਖਾਲ ਨਹੀਂ ਹੈਗੀ ਇੱਕ ਦੋ ਤਿੰਨ ਤਰ੍ਹਾਂ ਦੀਆਂ ਖਾਲਾਂ ਹੁੰਦੀਆਂ ਇੱਕ ਤਾਂ ਹੁੰਦੀ ਆ ਸਰ ਰਿਜ਼ਰਵ ਖਾਲ ਜਿਹੜੀ ਆਪਣੀ ਲੱਠੇ ਦੇ ਵਿੱਚ ਮੌਜੂਦ ਹੁੰਦੀ ਆ। ਹਾਂਜੀ ਇੱਕ ਨਾ ਇਹ ਜਿਹੜੀ ਮਤਲਬ ਜਿਹੜੀ ਇਹ ਤਾਂ ਪਰਸਨਲ ਜ਼ਮੀਨ ਆ ਇਹ ਭਾਈਚਾਰਕ ਖਾਲਾਂ ਹੁੰਦੀਆਂ ਨੇ ਜੀ ਇਹ ਜ਼ਿਮੀਂਦਾਰਾਂ ਦੀ ਸਹਿਮਤੀ ਨਾਲ ਇਹ ਹੁੰਦੀਆਂ ਨੇ ਪਰ ਇੱਥੇ ਪਾਣੀ ਚੱਲਿਆ ਵਾ ਇਹਨਾਂ ਦਾ ਬਣਦੀ ਆ ਪਾਉਣੀ ਇਹਨਾਂ ਦੀ। ਜੀ ਜੀ ਤੇ ਉਹ ਕਹਿ ਤਾਂ ਰਹੇ ਆ ਹੁਣ ਮੈਂ ਤਾਂ ਉਹਨਾਂ ਨੂੰ ਅੱਜ ਯਾਰ ਸ਼ਨੀਵਾਰ ਔਰ ਐਤਵਾਰ ਦਾ ਟਾਈਮ ਦਿੱਤਾ ਉਹ ਕਹਿੰਦੇ ਜੇ ਸਰ ਦੇਖੋ ਅੱਜ ਇਹ ਪਾਈਪ ਲਾਈਨ ਪਾ ਕੇ ਦਿੰਦੇ ਨੇ ਕੱਲ ਨੂੰ ਉੱਤੇ ਇਮਾਰਤ ਸੱਦ ਲੈਂਦੇ ਨੇ ਪਾਈਪ ਸੱਤ ਲੈਂਦੇ ਨੇ ਕੱਲ ਨੂੰ ਕੋਈ ਪਾਈਪ 'ਚ ਦਿੱਕਤ ਆ ਗਈ ਕੋਈ ਪਾਈਪ ਬੰਦ ਹੋ ਗਿਆ ਭੜੋਲੀ ਫੁੱਟ ਗਈ ਫਿਰ ਇਮਾਰਤ ਢਾ ਕੇ ਤਾਂ ਉਹ ਪਾਈਪ ਲਾਈਨ ਫਿਰ ਦੁਬਾਰਾ ਚੱਲਣੀ ਨਹੀਂ। ਨਹੀਂ ਨਹੀਂ ਇਮਾਰਤ ਨਹੀਂ ਸਰ ਇਹਦਾ ਜਿਹੜੀ ਦੋਹੇ ਪਾਸੇ ਕੰਧ ਆ ਨਾ ਇਹਦੇ ਵਿੱਚ 17 ਫੁੱਟ ਜਗ੍ਹਾ ਹੈ। ਠੀਕ ਹੈ ਜੀ ਉਹ 17 ਫੁੱਟ ਇਹਨਾਂ ਦਾ ਰਸਤਾ ਉੱਥੇ ਚ ਪਾਉਣ ਨਾਲ ਗੱਲ ਮੈਂ ਇਹਨਾਂ ਨੂੰ ਸਾਰਾ ਤੁਸੀਂ ਅਵਤਾਰ ਨੂੰ ਔਰ ਕੁਲਵੰਤ ਨੂੰ ਪਿੱਛੇ ਇੱਧਰ ਤੇਜਪਾਲ ਆ ਰੁੜਕੀ ਵਾਲਾ ਸਾਰਿਆਂ ਦੀ ਗੱਲਬਾਤ ਹੋਈ ਆ ਇਹ ਤਾਂ ਇਹਨਾਂ ਦਾ ਉਪਰਾਲਾ ਕਰਨਾ ਬਣਦਾ ਸੀ ਮੈਂ ਤਾਂ ਇੱਕ ਆਪਣੀ ਸਰਕਾਰ ਦੀ ਤਰਫੋਂ ਵੀ ਸਾਡਾ ਰਕਬਾ ਘੱਟ ਰਿਹਾ ਉਹਦੇ ਤਰਫੋਂ ਉਪਰਾਲਾ ਕਰ ਰਿਹਾ ਇਹਦਾ ਇਹਨਾਂ ਨੂੰ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜਦ ਇਹਨਾਂ ਨੇ ਮਕਾਨ ਇਹਨਾਂ ਨੇ ਛੱਤਿਆ ਜਦ ਇਹਨਾਂ ਨੂੰ ਪਤਾ ਨਹੀਂ ਸੀ ਵੀ ਸਾਡੀ ਖਾਰ ਰੁਕ ਰਹੀ ਆ ਮੈਂ ਤਾਂ ਸਗੋਂ ਇਹਨਾਂ ਨੂੰ ਕਹਿ ਰਿਹਾ ਵੀ ਯਾਰ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਗਰਦੌਰੀਆਂ ਵੀ ਇਹਨਾਂ ਨੂੰ ਪ੍ਰੋਵਾਈਡ ਕਰਾਈਆਂ ਸਾਡੇ ਵੱਲੋਂ ਕੋਈ ਕਮੀ ਨਹੀਂ ਸਰ। ਜੀ ਜੇ ਕੱਲ ਨੂੰ ਸਰ ਇਹ ਨਹੀਂ ਇੱਥੋਂ ਪੈਪਰ ਪਾ ਕੇ ਦਿੰਦੇ ਜਾਂ ਜਗ੍ਹਾ ਨਹੀਂ ਛੱਡਦੇ ਫਿਰ ਕੀ ਕਾਰਵਾਈ ਕੀਤੀ ਜਾਊਗੀ ਇਹਨਾਂ ਤੇ? ਫਿਰ ਸਰ ਇਹਨਾਂ ਪਰ ਢਹੇ ਕਾਲ ਦਾ ਢਹੇ ਕਾਲ ਦਾ ਕੇਸ ਬਣੂਗਾ ਜੀ ਇਹਨਾਂ ਪਰ। ਜੀ 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 ਢਹੇ ਕਾਲ ਦਾ ਆਪਾਂ ਕੇਸ ਫਾਈਲ ਕਰਾਂਗੇ ਫਿਰ ਉਹ ਕੇਸ ਫਾਈਲ ਹੋ ਕੇ ਇਹਨਾਂ ਨੂੰ ਪਾਉਣਾ ਪੈਣਾ ਤੇ ਸਰਕਾਰ ਦੀਆਂ ਹਦਾਇਤਾਂ ਨੇ ਹੁਣ ਸਰਕਾਰ ਨੇ ਜਿਹੜੀਆਂ ਇਹ ਟੈਂਪਰੇਰੀ ਖਾਲਾਂ ਇਹ ਵੀ ਆਪਾਂ ਸਰਕਾਰ ਨੇ ਪੱਕੀਆਂ ਕਰਤੀਆਂ। ਜੀ 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 ਧੰਨਵਾਦ ਵੀਰ ਜੀ ਇਹੀ ਨੌਲੇਜ ਲੈਣੀ ਸੀਗੀ ਜੀ। ਹਾਂ ਆਪਾਂ ਇਹਨਾਂ ਨੂੰ ਕੱਲ ਵੀ ਇਹਨਾਂ ਦੇ ਨਾਲ ਮੈਂ ਤਾਂ ਹਫ਼ਤਾ 10 ਦਿਨ ਹੋ ਗਏ ਆਪਣੇ ਪੱਧਰ ਤੇ ਲੱਗਿਆ ਹੋਇਆ ਸਾਨੂੰ ਕਿਉਂ ਸਾਨੂੰ ਵੀ ਚਿੰਤਾ ਸਾਡਾ ਰਕਬਾ ਨਹਿਰੀ ਪਾਣੀ ਰਕਬਾ ਸਾਡੇ ਘਟਦਾ। ਜੀ 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 ਤੇ ਇਹ ਵੀ ਬੰਦੇ ਥੋੜਾ ਜਿਹਾ ਇਹਨਾਂ ਨੂੰ ਵੀ ਗਲਵੰਤ ਉਹਨਾਂ ਨੂੰ ਜ਼ਿਮੀਂਦਾਰਾਂ ਨੂੰ ਵੀ ਕਹੋ ਵੀ ਤੁਸੀਂ ਵੀ ਇਹ ਵੀ ਪ੍ਰੈਸ਼ਰਾਈਜ਼ ਕਰਨ ਉਹਨਾਂ ਨੂੰ। ਜੀ ਜੀ ਹਾਂ ਸਾਡੇ ਵੱਲੋਂ ਸਰ ਕੋਈ ਉਹ ਨਹੀਂ ਹੈ ਮੈਂ ਤਾਂ ਤੁਸੀਂ ਕਹੋ ਤਾਂ ਹੁਣ ਵੀ ਆ ਜਾਣਾ ਛੁੱਟੀ ਵਾਲੇ ਦਿਨ ਵੀ ਆ ਜਾਂਦੇ ਆ। ਨਾ ਨਾ ਕੋਈ ਗੱਲ ਨਹੀਂ ਸਰ ਬਸ ਤੁਹਾਡਾ ਪੱਖ ਲੈਣਾ ਸੀਗਾ ਬਈ ਤੁਹਾਡੇ ਧਿਆਨ ਚ ਗੱਲ ਅਸੀਂ ਇਹੀ ਜਾਣਨਾ ਸੀਗਾ। ਧੰਨਵਾਦ ਜੀ ਧੰਨਵਾਦ ਬਹੁਤ ਦਿਨ ਤੋਂ ਆ ਸਰ। ਠੀਕ ਹੈ ਜੀ ਠੀਕ ਹੈ ਧੰਨਵਾਦ ਸਰ। ਠੀਕ ਹੈ ਸਰ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਇਹ ਸਨ ਪਟਵਾਰੀ ਸਹਿਬਾਨ ਨਹਿਰੀ ਮਹਿਕਮੇ ਤੋਂ
ਸੋ ਮਾਲ ਮਹਿਕਮੇ ਦੇ ਪਟਵਾਰੀ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਉਹ ਕੀ ਕਹਿੰਦੇ ਨੇ ਅਤੇ ਕੀ ਮਸਲਾ ਹੈ ਸਾਰਾ। ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ। ਇਸ ਮਸਲੇ 'ਚ ਜੋ ਮਾਲ ਮਹਿਕਮੇ ਦੇ ਪਟਵਾਰੀ ਸਾਹਿਬਾਨ ਨੇ ਚਨਾਥਲ ਤੋਂ ਮਨਦੀਪ ਸਿੰਘ ਕਿਹਾ ਜਾ ਰਿਹਾ ਹੈ, ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਉਹ ਕਿਸ ਤਰ੍ਹਾਂ ਦੇਖਦੇ ਨੇ ਇਸ ਮਸਲੇ ਨੂੰ, ਕਿਉਂਕਿ ਕਿਹਾ ਜਾ ਰਿਹਾ ਕਿ ਉਹਨਾਂ ਨੇ ਵੀ ਬਕਾਇਦਾ ਤੌਰ 'ਤੇ ਲਿਖ ਕੇ ਦਿੱਤਾ ਹੈ ਕਿ ਖੂਹ ਦਾ ਤੌੜ ਇੱਥੇ ਹੈਗਾ ਹੀ। ਉਹਨਾਂ ਦਾ ਪੱਖ ਲੈਣ ਦੀ ਕੋਸ਼ਿਸ਼ ਕਰਾਂਗੇ, ਉਹ ਕਿਸ ਤਰ੍ਹਾਂ ਦੇਖਦੇ ਨੇ ਪਟਵਾਰੀ ਸਾਹਿਬਾਨ ਦਾ। ਮਾਲ ਮਹਿਕਮੇ ਤੋਂ ਜੋ ਪਟਵਾਰੀ ਸਾਹਿਬਾਨ ਨੇ ਜੇ ਫੋਨ ਚੁੱਕਦੇ ਨੇ, ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਪਟਵਾਰੀ ਮਨਦੀਪ ਸਿੰਘ ਜੀ ਬੋਲ ਰਹੇ ਹੋ ਜੀ? ਹਾਂਜੀ। ਭਾਅ ਜੀ ਪੱਤਰਕਾਰ ਮਨਵਿੰਦਰ ਸਿੰਘ ਟਿਵਾਣਾ ਬੋਲ ਰਹੇ ਹਾਂ ਜੀ, ਪੰਜਾਬੀ ਲੋਕ ਚੈਨਲ ਤੋਂ। ਹਾਂਜੀ ਸਰ। ਭਾਅ ਜੀ ਇੱਕ ਨਾ ਨਲੀਨੇ ਦਾ ਕੋਈ ਮਸਲਾ ਸੀਗਾ, ਜਗ੍ਹਾ ਦਾ, ਖੂਹ ਦੇ ਤੌੜ ਦਾ, ਅਤੇ ਇਹਦਾ ਇਹ ਤੁਹਾਡੇ ਧਿਆਨ 'ਚ ਹੈਗਾ ਜੀ ਕਿੱਦਾਂ ਉੱਥੇ ਖੂਹ ਦਾ ਤੌੜ ਹੈਗਾ, ਇਹ ਕਿੱਦਾਂ ਕੀ ਮਸਲਾ ਹੈ ਜੀ? ਇਹ ਕਾਗਜ਼ਾਂ 'ਚ ਲੱਗਿਆ ਹੋਇਆ ਜੀ, ਖੂਹ ਦਾ ਤੌੜ ਕਾਗਜ਼ਾਂ 'ਚ ਲੱਗਿਆ ਜੀ? ਹਾਂਜੀ। ਠੀਕ ਹੈ ਜੀ। ਬੋਲਦਾ ਜੀ ਉਹਨਾਂ ਦੇ ਨਾਲ। ਠੀਕ ਹੈ। ਉਹਨਾਂ ਦੇ ਹਿੱਸੇ ਦੇ ਵਿੱਚ ਅੱਧਾ ਹਿੱਸਾ ਹੁੰਦਾ। ਠੀਕ ਹੈ ਜੀ, ਆਉਂਦਾ ਜੀ ਉਹਨਾਂ ਦਾ ਅੱਧਾ ਹਿੱਸਾ ਬਣਦਾ ਜੀ। ਮਰਲੇ ਦਾ ਤੌੜਾ 5 ਮਰਲੇ, ਮਾਲਕ ਉਹਨਾਂ ਦੇ ਨਾਮ ਹੈਗਾ ਜੀ। ਠੀਕ ਹੈ ਜੀ, ਠੀਕ ਹੈ ਜੀ। ਮੇਰੇ ਖਿਆਲ ਨਾਲ 5 ਮਰਲੇ। ਠੀਕ ਹੈ ਜੀ। ਇਹ ਜਿਹੜਾ ਠੀਕ ਹੈ, ਜਿਹੜਾ ਲਿਖ ਕੇ ਦਿੱਤਾ ਉਹ ਤੁਸੀਂ ਦਿੱਤਾ ਵਾ ਸਰ? ਉਹਨਾਂ ਨੂੰ ਕੋਈ ਇੱਦਾਂ ਦਾ ਲਿਖ ਕੇ ਕੋਈ ਹੈਗਾ ਜੀ ਉਹਨਾਂ ਕੋਲ ਡਾਕੂਮੈਂਟ, ਦੂਜੀ ਪਾਰਟੀ ਜਿਹੜੇ ਕਹਿ ਰਹੇ ਨੇ ਸਾਡਾ ਤੌੜ ਹੈ ਇਹ, ਉਹਨਾਂ ਨੂੰ ਕੋਈ ਇੱਦਾਂ ਦਾ ਕੁਛ ਦਿੱਤਾ ਵਾ ਜੀ? ਨਹੀਂ, ਉਹ ਕਹਿ ਰਹੇ ਨੇ ਜੀ, ਪਟਵਾਰੀ ਸਾਹਿਬ ਵੀ ਮੰਨ ਰਹੇ ਨੇ ਇੱਦਾਂ ਦਾ ਕੁਛ ਲਿਖ ਕੇ ਦਿੱਤਾ ਵਾ, ਉਹ ਕਾਗਜ਼ ਲਈ ਫਿਰ ਰਹੇ ਨੇ ਜੀ। ਹਾਂ ਉਹੀ ਜੀ ਪੁਲਿਸ ਦੇ ਬਿਆਨ ਹੋਏ ਨੇ ਜਿਹੜੇ। ਹਾਂਜੀ। ਉਹ ਤੁਹਾਡੇ ਉਹਨੇ ਨਾ ਜੀ ਪ੍ਰੋਪਰ, ਅਸੀਂ ਕਿਉਂਕਿ ਸਾਨੂੰ ਉਹ ਫੋਟੋਆਂ ਦਿਖਾ ਰਹੇ ਸੀਗੇ ਉਹਦੀਆਂ, ਕਿਉਂਕਿ ਤੁਹਾਡਾ ਪੱਖ ਲੈਣਾ ਜ਼ਰੂਰੀ ਸੀ। ਠੀਕ ਹੈ ਜੀ, ਠੀਕ ਹੈ, ਠੀਕ ਹੈ ਭਾਅ ਜੀ, ਠੀਕ ਹੈ ਜੀ, ਧੰਨਵਾਦ ਜੀ। ਇਹੀ ਪੱਖ ਲੈਣਾ ਸੀਗਾ ਜੀ, ਖੂਹ ਦਾ ਤੌੜ ਹੈਗਾ, ਕਿਉਂਕਿ ਦੂਜੀ ਪਾਰਟੀ ਕਹਿ ਰਹੀ ਆ ਕਿ ਕਾਗਜ਼ਾਂ 'ਚ ਕਿਤੇ ਤੌੜ ਹੀ ਨਹੀਂ ਹੈਗਾ ਉੱਥੇ। ਨਹੀਂ ਉਹ ਪਤਾ ਜਿਹੜੇ 10 ਮਰਲੇ ਦੇ ਨਾ ਦਿਖਾਇਆ ਹੋਇਆ ਤੌੜ, ਨੰਬਰ ਦੇ ਵਿੱਚੋਂ ਤੌੜ। ਹਾਂਜੀ ਹਾਂਜੀ ਹਾਂਜੀ। ਉਹ ਬੰਦਿਆਂ ਨੇ ਜਿਨ੍ਹਾਂ ਦੀ ਮਾਲਕੀ ਉੱਥੇ ਉਹਨਾਂ ਨੇ ਆਪਣਾ ਛੱਡ ਲਿਆ ਹੋਣਾ। ਹਾਂਜੀ ਹਾਂਜੀ। ਮੁਤਾਬਕ ਰਿਕਾਰਡ ਜੋ ਹੈ ਹਰਸ ਦੇ ਵਿੱਚ ਉਹ ਤੌੜੇ ਬੋਲ ਰਹੇ ਆ। ਠੀਕ ਹੈ ਜੀ, ਠੀਕ ਹੈ, ਧੰਨਵਾਦ ਵੀਰ ਜੀ, ਧੰਨਵਾਦ ਜੀ, ਧੰਨਵਾਦ ਜੀ। ਹਾਂਜੀ ਇਹ ਸਨ ਪਟਵਾਰੀ ਸਾਹਿਬਾਨ ਮਨਦੀਪ ਸਿੰਘ ਜੀ ਚਨਾਥਲ ਕਲਾਂ, ਜੋ ਕਿ ਉੱਥੇ ਦੇਖਦੇ ਨੇ, ਦੇਖ ਰੇਖ ਕਰਦੇ ਨੇ ਮਾਲ ਮਹਿਕਮੇ ਤੋਂ ਪਟਵਾਰੀ ਨੇ। ਉਹ ਵੀ ਕਹਿ ਰਹੇ ਨੇ ਕਿ ਕਾਗਜ਼ਾਂ 'ਚ ਤੌੜ ਆ ਜਿਹੜਾ ਉਹ ਬੋਲ ਰਿਹਾ ਏ, 10 ਮਰਲੇ ਤੌੜ ਆ, 5 ਮਰਲੇ ਉਹਨਾਂ ਦਾ ਹਿੱਸਾ ਉੱਥੇ ਬਣਦਾ ਏ। ਸੋ ਦੂਜੀ ਧਿਰ ਕਹਿ ਰਹੀ ਆ ਕਿ ਤੌੜ ਨਹੀਂ ਹੈਗਾ ਸਾਡੇ ਕੋਲ, ਪ੍ਰੋਪਰ ਕਾਗਜ਼ ਨੇ। ਫਿਲਹਾਲ ਇਹ ਕਾਰਵਾਈ ਆ ਜਿਹੜੀ, ਇਹ ਤਾਂ ਜਦੋਂ ਉੱਚ ਅਧਿਕਾਰੀਆਂ ਦੇ ਕੋਲ ਜਾਣੀਆਂ, ਉਹਨਾਂ ਨੇ ਦੇਖਣਾ ਕੀ ਆ ਮਾਮਲਾ, ਕਿੱਥੋਂ ਸਹੀ ਆ ਕਿੱਥੋਂ ਗਲਤ ਆ। ਸਾਡਾ ਫਰਜ਼ ਸੀਗਾ ਹਰ ਇੱਕ ਪੱਖ ਤੋਂ ਇਹਨੂੰ ਜਾਂਚਣਾ, ਹਰ ਇੱਕ ਵਿਅਕਤੀ ਦਾ ਜੋ ਇਸ ਨਾਲ ਜੁੜਿਆ ਉਹਦਾ ਪੱਖ ਲੈਣਾ। ਅਸੀਂ ਉਹ ਤੁਹਾਡੇ ਸਾਹਮਣੇ ਲੈ ਕੇ ਆਇਆ, ਫੈਸਲਾ ਉੱਚ ਅਧਿਕਾਰੀਆਂ ਨੇ ਕਰਨਾ। ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ, ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ, ਪੰਜਾਬੀ ਲੋਕ ਚੈਨਲ, ਫਤਿਹਗੜ੍ਹ ਸਾਹਿਬ।